ਇੱਥੇ ਪੁਲਿਸ ਚੌਕੀ ਬਣ ਕੇ ਰਹੂ, ਤਸਕਰ ਕਹਿੰਦਾ ਮੈਂ ਨਹੀਂ ਬਣ ਦਿੰਦਾ। ਸੋਸਾਇਟੀ 'ਚ ਰਹਿਣ ਵਾਲੀਆਂ ਦੋ ਧਿਰਾਂ ਆਪਸ ਦੇ ਵਿੱਚ ਲੜ ਪਈਆਂ ਤੇ ਕਾਰਨ ਪੁਲਿਸ ਚੌਂਕੀ। ਲੁਧਿਆਣਾ ਦੀ ਇੱਕ ਪ੍ਰਾਈਵੇਟ ਸੋਸਾਇਟੀ ਦੇ ਬਾਹਰ ਚੌਂਕੀ ਬਣਦੀ ਹੈ, ਜਿਸ ਨੂੰ ਲੈ ਕੇ ਦੋ ਧਿਰਾਂ ਦੇ ਵਿਚਕਾਰ ਹੰਗਾਮਾ ਹੁੰਦਾ ਏ, ਲੜਾਈ ਝਗੜਾ ਹੁੰਦਾ ਏ, ਇੱਕ ਦੂਸਰੇ 'ਤੇ ਇਲਜ਼ਾਮ ਲਗਾਏ ਜਾਂਦੇ ਨੇ। ਮੌਕੇ 'ਤੇ ਹੰਗਾਮੇ ਨੂੰ ਵਾਧਾ ਦੇਖ ਪੁਲਿਸ ਵੀ ਮੌਕੇ 'ਤੇ ਪਹੁੰਚਦੀ ਹੈ, ਸ਼ਾਂਤ ਕਰਾਉਣ ਦੀ ਕੋਸ਼ਿਸ਼ ਕਰਦੀ ਹੈ। ਤੁਹਾਨੂੰ ਦੱਸ ਦਈਏ ਕਿ ਇੱਕ ਧਿਰ ਦੇ ਵੱਲੋਂ ਬਾਹਰ ਬਣੀ ਚੌਕੀ ਨੂੰ ਲੈ ਕੇ ਹਟਾਉਣ ਦੀ ਇਹ ਮੰਗ ਕੀਤੀ ਗਈ ਸੀ। ਦੂਸਰੀ ਧਿਰ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਸਮੇਤ ਇਹ ਧਰਨਾ ਜਿਹੜਾ ਏ ਉਹ ਅਸੀਂ ਦੇਵਾਂਗੇ, ਕਿਉਂਕਿ ਇਲਾਕੇ ਦੇ ਵਿੱਚ ਚਿੱਟਾ ਬਹੁਤ ਵਿਕ ਰਿਹਾ ਏ, ਤਾਂ ਇਸ ਥਾਂ 'ਤੇ ਚੌਂਕੀ ਦੀ ਬੇਹੱਦ ਜ਼ਰੂਰਤ ਹੈ। ਲੋਕਾਂ ਨੇ ਇਹ ਵੀ ਕਿਹਾ ਕਿ ਇਸ ਇਲਾਕੇ 'ਚ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਨੇ, ਜਿਸ ਕਰਕੇ ਚੌਂਕੀ ਹੋਣੀ ਚਾਹੀਦੀ ਹੈ, ਪਰ ਕਲੋਨੀ ਵਿੱਚ ਰਹਿਣ ਵਾਲੇ ਨਸ਼ਾ ਤਸਕਰ ਇਸ ਚੌਂਕੀ ਨੂੰ ਹਟਾਉਣਾ ਚਾਹੁੰਦੇ ਨੇ। ਪੁਲਿਸ ਨੇ ਇਹ ਵੀ ਕਿਹਾ ਕਿ ਕ੍ਰਾਈਮ ਦੇ ਮੱਦੇਨਜ਼ਰ ਚੌਂਕੀ ਹੋਣੀ ਜ਼ਰੂਰੀ ਹੈ। ਪੁਲਿਸ ਦੇ ਵੱਲੋਂ ਤਾਂ ਇਹ ਬਿਆਨ ਦਿੱਤਾ ਗਿਆ ਹੈ ਕਿ ਚੌਂਕੀ ਇੱਥੇ ਇੱਕਦਮ ਸਹੀ ਹੈ, ਪਰ ਸੋਸਾਇਟੀ ਦੇ ਅੰਦਰ ਰਹਿਣ ਵਾਲੀ ਕੋਈ ਇੱਕ ਧਿਰ ਹੈ ਜੋ ਨਹੀਂ ਚਾਹੁੰਦੀ। ਲੋਕ ਇਲਜ਼ਾਮ ਲਗਾ ਰਹੇ ਨੇ ਕਿ ਉਹ ਨਸ਼ਾ ਤਸਕਰ ਨੇ, ਅਤੇ ਉਹ ਨਹੀਂ ਚਾਹੁੰਦੇ ਕਿ ਇਸ ਥਾਂ 'ਤੇ ਇਹ ਪੁਲਿਸ ਦੀ ਚੌਂਕੀ ਬਣੇ, ਕਿਉਂਕਿ ਜੇਕਰ ਪੁਲਿਸ ਦੀ ਚੌਂਕੀ ਬਣ ਗਈ ਤਾਂ ਪੁਲਿਸ ਪਹਿਰਾ ਦੇਵੇਗੀ, ਪੁਲਿਸ ਮੌਕੇ 'ਤੇ ਹੋਵੇਗੀ, ਨਸ਼ੇ ਦੇ ਆਦੀ ਲੋਕ ਤਸਕਰਾਂ ਕੋਲ ਨਹੀਂ ਆਉਣਗੇ, ਸੋਸਾਇਟੀ 'ਚੋਂ ਨਸ਼ਾ ਘਟੇਗਾ, ਜਿਸ ਦਾ ਘਾਟਾ ਤਸਕਰਾਂ ਨੂੰ ਹੋਵੇਗਾ, ਤਾਂ ਕਰਕੇ ਤਸਕਰਾਂ ਦੇ ਵੱਲੋਂ ਇਹ ਵਿਰੋਧ ਕੀਤਾ ਗਿਆ। ਤਾਂ ਦੋ ਧਿਰਾਂ ਦੀ ਇਹ ਲੜਾਈ ਹੈ। ਦੇਖੋ ਹੰਗਾਮੇ ਦੀਆਂ ਤਸਵੀਰਾਂ ਜੋ ਲੁਧਿਆਣੇ ਦੀ ਇੱਕ ਪ੍ਰਾਈਵੇਟ ਸੋਸਾਇਟੀ ਦੇ ਬਾਹਰੋਂ ਸਾਹਮਣੇ ਆ ਰਹੀਆਂ ਨੇ। ਵਿਚਾਰੇ ਬਜ਼ੁਰਗ ਲੇਡੀਜ਼ ਜਿੱਦਾਂ ਕੋਈ ਆ ਗਏ, ਉਹਨਾਂ ਨੂੰ ਉਹਨਾਂ ਦਿਮਾਗ 'ਚ ਇਹ ਪਾਤਾ ਕਿ ਚੌਂਕੀ ਕਿਤੇ ਅੱਗੇ ਹੋਣੀ ਚਾਹੀਦੀ ਹੈ। ਹੁਣ ਜੇ ਸਾਰੇ ਲੋਕ ਇਹਦਾ ਇੱਦਾਂ ਕਹਿ ਦਿਨ ਚੌਂਕੀ ਅੱਗੇ ਹੋਣੀ ਚਾਹੀਦੀ ਹੈ, ਆਹੀ ਚੌਂਕੀ ਆਪਣੀ ਨਾ ਚੌਂਕੀ, ਹਾਂਜੀ, ਕਿ 15-20 ਫੁੱਟ ਮੈਂ ਤਾਂ ਅੱਗੇ ਕਰਾ ਹੀ ਰਿਹਾ ਨਾ ਜੀ, ਸਾਰੀ ਉੱਥੋਂ ਵੱਟ ਕੇ ਇੱਧਰਲੇ ਪਾਸੇ ਕਰ ਹੀ ਰਹੇ, ਆਹ ਜਗ੍ਹਾ ਇੰਨੀ ਖਾਲੀ ਪਈ ਸਾਡੇ ਕੋਲ, ਠੀਕ ਨਹੀਂ, ਸਰਕਾਰੀ ਜਗ੍ਹਾ ਇੱਥੇ ਕਰਾ ਰਹੇ ਆਪਾਂ, ਅਤੇ ਉਹ ਮਤਲਬ ਉਹਨਾਂ ਦਿਮਾਗ 'ਚ ਇਹ ਪਾਤਾ ਕਿ ਸਕੂਟਰ ਮੋਟਰਸਾਈਕਲ ਕੋਈ ਲੋਕ ਪਿੰਡਾਂ 'ਤੇ ਆਣ ਕੇ ਖੜਨਗੇ। ਦੇਖੋ ਜੀ, ਇਹ ਪਿੰਡ ਪਹਿਲਾਂ ਵਸੇ ਹੋਏ ਨੇ, ਇਹ ਕਲੋਨੀਆਂ ਹੁਣ ਆਈਆਂ, ਪਿੰਡਾਂ, ਹਾਂ, ਪਿੰਡ ਦੀ ਜ਼ਮੀਨ 'ਤੇ ਬਣੀ ਹੈ, ਪਿੰਡਾਂ ਦਾ ਹੱਕ ਸਭ ਤੋਂ ਪਹਿਲਾਂ ਜੀ ਸਾਰਾ। ਅਸੀਂ ਹੁਣ ਦੇਖੋ ਪਿੰਡਾਂ ਦਾ ਐਂਬੂਲੈਂਸ ਲਾਈ ਹੈ ਮੈਂ, ਹਾਂਜੀ, ਸਾਰੇ ਪਿੰਡਾਂ ਜਿੱਥੇ ਵੀ ਹੈ ਮੈਂ ਸਾਰੇ, ਇੱਕ ਮਿੰਟ 'ਚ ਮੈਂ ਕਹਿੰਦਾ ਜਾਓ 2 ਮਿੰਟ ਦੇ ਵਿੱਚ ਜੀ, ਉਸ 2 ਮਿੰਟ 'ਚ ਹੈਲਪ ਮਿਲਦੀ ਹੈ ਸਾਰੇ ਪਿੰਡਾਂ, ਫਾਇਰ ਬ੍ਰਿਗੇਡ ਮੈਂ ਲਵਾਉਣ ਲੱਗਿਆ ਇੱਥੇ, ਹੈ ਨਾ ਜੀ, ਹਾਂ, ਇੱਥੇ ਪਰਲੇ ਪਾਸੇ ਥਾਣਾ ਦੂਰ ਪੈਂਦਾ ਸੀ, ਥਾਣੇ ਤੋਂ ਪੈਂਦੇ ਜੀ, ਇੱਕ ਲਾਡੋਵਾਲ ਥਾਣਾ ਹੈ, ਇੱਕ ਸਲੀਮ ਡਾਬਰੀ ਹੈ, ਅੱਧਾ ਘੰਟਾ ਲੱਗ ਜਾਂਦਾ ਜੀ ਪੁਲਿਸ ਨੂੰ। ਹੁਣ ਅਸੀਂ ਜਦੋਂ ਪੁਲਿਸ ਹੈਲਪ ਸਾਨੂੰ ਮਿਲੀ ਇੰਨੀ ਵਧੀਆ, 10 ਬੰਦੇ ਹਾਰਡ ਕ੍ਰਿਮੀਨਲ ਪੁਲਿਸ ਨੇ ਅਰੈਸਟ ਕਰਕੇ ਜੇਲ੍ਹ ਭੇਜੇ ਨੇ, ਆਹੀ ਪੁਲਿਸ ਨੇ ਸਾਡੇ, 4 ਸਾਲ ਹੋ ਗਏ ਸਾਨੂੰ ਇੱਥੇ ਚੌਂਕੀ ਬਣੀ, ਚੌਂਕੀ ਬਣੀ ਸੀ, ਹੁਣ ਕਿਉਂ ਬੰਦ ਹੋਈ ਹੈ? ਹੁਣ ਉਹ ਸ਼ਰਾਰਤੀ ਬੰਦਾ ਅੰਦਰ ਰਹਿੰਦਾ ਹੈ, ਉਸ ਬੰਦੇ ਨੇ ਆਪਣੀ ਪਾਵਰ ਫੁੱਲ ਮਤਲਬ ਦਿਖਾ ਕੇ ADGP ਤੋਂ ਫੋਨ ਕਰਾਤਾ ਸੀ ਕਿ ਇਹ ਚੌਂਕੀ ਸਾਡੀ ਇੱਥੋਂ ਦੀ ਚਟਾ ਦਿਓ, ਮਤਲਬ ਲੈਣਾ ਨਹੀਂ ਦੇਣਾ ਨਹੀਂ ਕੋਈ। ਕਿੰਨਾ ਕ੍ਰਾਈਮ ਹੈ? ਪਰਸੋਂ ਹਜੇ ਚੋਰੀ ਹੋਈ ਸਾਡੇ ਅੰਦਰ, ਪਰਸੋਂ ਹੋਈ ਚੋਰੀ, 376 ਨੰਬਰ ਜੀ, ਦੋ ਬੰਦੇ ਆ ਦੇਖੋ, ਸਾਰੇ ਸਰਪੰਚ, ਹੁਣ ਸਾਰੇ ਸਰਪੰਚ ਸਾਰੇ ਪਿੰਡਾਂ ਦੇ ਜਿੰਨੇ ਸਰਪੰਚ ਸਾਰੇ 35,000 ਜਿਹੜਾ ਬੰਦਾ ਰਹਿੰਦਾ ਪਿਆ ਸਾਰਿਆਂ ਦੇ ਹੱਕ ਦੇ ਵਿੱਚ ਸਰਪੰਚ ਸਾਰੇ ਸਾਈਨ ਕਰਕੇ ਮੋਹਰਾਂ ਲਾ ਕੇ ਦੇਖੀ ਕਿ ਸਾਨੂੰ ਚੌਂਕੀ ਇੱਥੇ ਹੀ ਚਾਹੀਦੀ ਹੈ। ਇੱਥੇ ਹੁਣ ਸਰਕਾਰੀ ਇਹ ਜ਼ਮੀਨ ਹੈ ਜੀ ਆਪਣੇ NH1 ਦੀ, NH1 ਵਾਲਿਆਂ ਨੂੰ ਕਿਸੇ ਨੇ ਗਲਤ ਕੰਪਲੇਂਟ ਕਰਤੀ ਅੰਦਰੋਂ, ਸ਼ਰਾਰਤੀ ਬੰਦਾ ਹੈਗਾ ਉਹ, ਬਹੁਤ
ਉਸ ਬੰਦੇ ਨੇ ਇਹ ਕੰਪਲੇਂਟ ਕਰਤੀ ਕਿ ਇਹ ਸਰਕਾਰੀ ਆਪਣੀ ਐਨ ਐਚ ਵਨ ਦੀ ਜ਼ਮੀਨ ਹੈ। ਐਨ ਐਚ ਵਨ ਵਾਲੇ ਆਏ, ਉਹ ਸਾਨੂੰ ਕਹਿੰਦੇ ਸਾਨੂੰ ਸਰ ਥਾਪਰ ਸਾਹਿਬ ਕੋਈ ਦਿੱਕਤ ਨਹੀਂ ਹੈ, ਇਤਰਾਜ਼ ਕਿ ਤੁਹਾਡੇ ਅੰਦਰੋਂ ਹੀ ਕੋਈ ਸ਼ਰਾਰਤੀ ਬੰਦਾ ਜਿਹੜਾ ਸਾਨੂੰ ਤੰਗ ਕਰਦਾ ਪਿਆ। ਹੁਣ ਤੁਸੀਂ ਹਾਂਜੀ ਸਾਰਿਆਂ ਨੂੰ ਜਾਨ ਨੂੰ ਖਤਰਾ ਹੈ ਜੀ। ਸਾਡੀ ਇੱਕ ਬੱਚੀ 8ਵੀਂ ਕਲਾਸ ਦੀ ਬੱਚੀ, ਇਹੀ ਪੁਲਿਸ ਨੇ 8 ਮਹੀਨੇ ਪਹਿਲਾਂ ਉੱਥੋਂ ਦੀ ਜੰਗਲਾਤ ਦੇ ਵਿੱਚੋਂ ਕ੍ਰਿਮੀਨਲ ਇੱਥੋਂ ਘੇਰ ਲਿਆ ਸੀ, ਉਹਨਾਂ ਨੇ ਲੈ ਗਏ ਸੀ, ਉਹ ਬੱਚੀ ਬਚਾ ਕੇ ਲੈ ਕੇ ਆਉਂਦੀ, ਇਹੀ ਪੁਲਿਸ ਨੇ 26 ਜਨਵਰੀ ਨੂੰ ਮੈਂ ਸਮਾਨਤ ਕਰਨੇ ਉਹ ਪੁਲਿਸ ਅਫਸਰ ਸਾਰੇ। ਥਾਪਰ ਸਾਹਿਬ ਜਿਹੜੀਆਂ ਲੇਡੀਜ਼ ਆਈਆਂ ਸੀ ਉਹਨਾਂ ਨੇ ਵਿਰੋਧ ਜਤਾਇਆ ਤਾਂ ਪਿੰਡ ਵਾਸੀ ਕਹਿੰਦੇ ਨੇ ਕਿ ਨਸ਼ੇ, ਹਾਂਜੀ ਉਹਨਾਂ ਦੇ ਬੱਚੇ ਨਸ਼ੇ ਦੇ ਨਾਲ ਮਰ ਰਹੇ ਜਿਹਨਾਂ ਦੇ, ਉਹ ਇਹਨਾਂ ਨੂੰ ਤਾਂ ਸਿਰਫ ਇਹ ਹੈ ਕਿ ਇੱਥੇ ਮੈਨੂੰ ਚੰਗਾ ਨਹੀਂ ਲੱਗਦਾ, ਆਹ ਕੋਈ ਗੱਲ ਹੈ ਯਾਰ। ਹੁਣ ਜਿਹੜੇ ਬੱਚੇ ਮਰ ਰਹੇ ਨੇ ਚਿੱਟੇ ਦੇ, ਦੋ ਵਪਾਰੀ ਉਦੋਂ ਨਹੀਂ ਫੜੇ ਸੀ ਜਿੱਦਣ ਇਹ ਚੌਂਕੀ ਇਹਨਾਂ ਨੇ ਇਕੱਠ ਕਰਕੇ ਸ਼ਰਾਰਤੀ, ਇੱਕ ਬੰਦਾ ਹੈਗਾ ਅੰਦਰ ਪੋਲੀਟੀਸ਼ੀਅਨ ਹੈਗਾ, ਬੜਾ ਹੀ ਤਕੜਾ ਸ਼ਰਾਰਤੀ ਹੈ, ਕਦੇ ਘਰੋਂ ਨਹੀਂ ਨਿਕਲਿਆ, ਕੋਈ ਸੇਵਾ ਨਹੀਂ ਕਦੇ ਕਿਸੇ ਦੀ ਕੀਤੀ, ਇੱਕ ਇੱਟ ਨਹੀਂ ਲਾਈ ਅੱਜ ਤੱਕ। ਐਂਬੂਲੈਂਸ ਇੱਥੇ ਖੜੀ ਮੈਂ ਲਵਾਈ ਹੈ, 13 ਲੱਖ ਰੁਪਇਆ ਖਰਚ ਕੀਤਾ, ਪੁਲਿਸ ਬੋਚ ਬਣਵਾਈ ਹੈ, 4 ਸਾਲ ਸਾਰੇ ਡਿਪਾਰਟਮੈਂਟਾਂ 'ਚ ਲੱਗਦਾ ਸਾਰੇ ਪਾਸੇ ਗੁਹਾਰਾ ਲਾ ਕੇ ਅੱਜ ਸਾਨੂੰ ਪੁਲਿਸ ਮਿਲੀ ਹੈ। ਪੁਲਿਸ ਦੀ ਸੁਰੱਖਿਆ ਦੇ ਸਵਾਲ ਹੈ, ਹਰ ਚੌਂਕ ਹਰ ਕਲੋਨੀ ਦੇ ਬਾਹਰ ਹੋਣੀ ਚਾਹੀਦੀ ਹੈ। ਥਾਪਰ ਸਾਹਿਬ ਪੁਲਿਸ ਦੀ ਸੁਰੱਖਿਆ ਦੇ ਸਵਾਲ ਖੜੇ ਕਰਤੇ ਉਹਨਾਂ ਨੇ, ਪੁਲਿਸ ਦੇ ਕਹਿੰਦੇ ਜੀ ਪੁਲਿਸ ਸਾਡੀ ਕੁੜੀਆਂ ਨੂੰ ਛੇੜਦੀ ਹੈ, ਤੁਸੀਂ ਫਿਰ IPS ਕਿਉਂ ਤਾਂ ਆਪਣੇ ਬੱਚੇ ਭਰਤੀ ਕਰਦੇ ਹੈ, ਜਿਹਨੇ ਇਹੋ ਜਿਹੇ ਦਿਮਾਗ ਇੱਦਾਂ ਦੇ ਦਿਮਾਗ ਘਟੀਆਂ ਕਰ ਦਿੱਤੇ ਲੋਕਾਂ ਦੇ, ਤੁਸੀਂ ਸੋਚ ਵੀ ਨਹੀਂ ਸਕਦੇ। ਹੁਣ ਤੁਸੀਂ ਮੰਗ ਕੀ ਕਰਦੇ ਹੋ ਸਰ? ਮੈਂ ਸਾਡੀ ਪੁਲਿਸ ਸਾਡੀ ਇੱਥੇ ਹੀ ਦਿੱਤੀ ਜਾਵੇ ਜੀ, ਸਾਨੂੰ ਚੌਂਕੀ ਚਾਹੀਦੀ ਹੈ ਸਾਡੀ, ਜਿਹੜੀ ਲੋਕਾਂ ਦੀ ਅੰਦਰ 10-15 ਫੁੱਟ ਦੀ ਹੈ, 20 ਫੁੱਟ ਆਪਾਂ ਇੱਧਰ ਨੂੰ ਕਰ ਰਹੇ ਹਾਂ ਜੀ, ਵਧੀਆ ਬਣਾ ਰਹੇ ਹਾਂ। ਜੇ ਚੌਂਕੀ ਨਹੀਂ ਬਣੀ, ਜਿਹੜੀ ਇੱਥੇ ਗੱਡੀ ਵਾਹਨ ਖੜੂਗਾ ਕੋਈ, ਉਹ ਜਾਣਾ ਸਿੱਧਾ ਸਪੁਰਦਗੀ ਥਾਣੇ ਹੈ, ਇੱਥੇ ਕੋਈ ਨਹੀਂ ਹੈਗੀ। ਜੇ ਚੌਂਕੀ ਨਾ ਬਣੀ ਤਾਂ ਅਗਲਾ ਸਟੈਪ ਤੁਹਾਡਾ ਹੁਣ ਕੀ ਹੋ ਰਿਹਾ ਵਾ? ਅਗਲਾ ਸਟੈਪ ਜੀ ਦੇਖੋ, ਜਿਹੜਾ ਕ੍ਰਾਈਮ ਇੱਥੇ ਹੋਏਗਾ, ਜਿਹੜੇ ਆ ਸ਼ਰਾਰਤੀ ਆਨਸਰ ਹੈ, ਉਹਨਾਂ ਦੀ ਜ਼ਿੰਮੇਵਾਰੀ ਪਊਗੀ ਅਤੇ CP ਸਾਹਿਬ ਦੇ ਸਾਰਾ ਉਹਨਾਂ 'ਤੇ ਗੱਲ ਪਊਗੀ ਜੇ ਕੋਈ ਵਾਰਦਾਤ ਹੋਈ ਸਕਦੀ ਹੈ। ਠੀਕ ਨਹੀਂ, ਜ਼ਿੰਮੇਵਾਰ ਸਾਰਾ ਪ੍ਰਸ਼ਾਸਨ ਹੋਊਗਾ ਜੀ। ਭਗਵੰਤ ਮਾਨ ਜੀ ਇੰਨੇ ਵਧੀਆ ਬੰਦੇ ਨੇ, ਉਹਨਾਂ ਨੇ 8 ਮਹੀਨੇ ਪਹਿਲਾਂ ਇਹ ਸਾਡੀ ਪਾਸ ਕੀਤੀ ਹੈ ਚੌਂਕੀ, ਸਾਡੀ ਨੋਟੀਫਿਕੇਸ਼ਨ ਆਈ ਹੋਈ ਹੈ ਜੀ, ਸਾਰੇ ਅਫਸਰ ਆਏ। ਹੁਣ ਜਿਹੜੇ ਅਫਸਰ ਇੱਥੋਂ ਦੀ ਗਏ ਹੈ ਬਿਨਾਂ ਨੋਟੀਫਿਕੇਸ਼ਨ ਤੋਂ, ਕੋਈ ਉਹਨਾਂ ਦੇ ਕੋਲ ਆਰਡਰ ਨਹੀਂ ਹੈ, ਸਾਰੇ ਐਂ ਫੋਨ ਕਰਕੇ ਚੁਕਾਏ, ਪਾਵਰਫੁੱਲ ਮੈਨ ਨੇ ਸਰ। ਠੀਕ ਹੈ ਸਰ, ਥੈਂਕ ਯੂ, ਜਵਾਨੀ। ਸਹਿਗਲ ਸਾਹਿਬ ਅੱਜ ਪ੍ਰੋਟੈਸਟ ਕਰ ਰਹੇ ਹੋ, ਕੀ ਵਜ੍ਹਾ? ਇਹ ਜੀ ਅਸੀਂ ਐਲਡੀਕੋਰ ਦੇ ਰੈਜੀਡੈਂਟ ਹਾਂ, ਐਲਡੀਕੋਰ ਸਟੇਟ 1 GT ਰੋਡ ਹਾਈਵੇ ਦੇ ਉੱਤੇ ਕਲੋਨੀ ਹੈ, 750 ਤੋਂ ਵੱਧ ਫੈਮਿਲੀਆਂ ਇੱਥੇ ਰੈਜੀਡੈਂਸ ਹੈਗੀ ਹੈ, 400-500 ਫੈਮਿਲੀਆਂ ਆ ਵੀ ਚੁੱਕੀਆਂ ਹੋਈਆਂ, ਨੇੜੇ ਤੇੜੇ ਦੇ ਕੁੱਲ ਮਿਲਾ ਕੇ 25 ਤੋਂ ਜ਼ਿਆਦਾ ਕਲੋਨੀਆਂ ਇਸ ਚੌਂਕੀ ਦੇ ਥੱਲੇ ਲੱਗਦੀਆਂ, 35,000 ਤੋਂ ਜ਼ਿਆਦਾ ਪਾਪੂਲੇਸ਼ਨ ਹੈ ਇੱਥੇ, ਅਤੇ ਇੱਥੇ ਇੰਨੇ ਕੁ ਜ਼ਿਆਦਾ ਕ੍ਰਾਈਮ ਸੀਗਾ ਕਿ ਸਾਨੂੰ ਸਾਰਿਆਂ ਨੂੰ ਅੰਦਰ ਵੀ ਐਲਡੀਕੋ ਵਾਲਿਆਂ ਨੂੰ ਵੀ, ਨੇੜੇ ਤੇੜੇ ਦੇ ਪਿੰਡਾਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀ ਕ੍ਰਾਈਮ ਤੋਂ ਲੈ ਕੇ ਚੱਲਦੇ ਹੋਏ, ਅਤੇ ਇਸ ਕਰਕੇ ਅਸੀਂ ਰਿਕੁਐਸਟ ਕੀਤੀ ਸੀ CP ਸਾਹਿਬ ਨੂੰ, ਪ੍ਰਸ਼ਾਸਨ ਨੂੰ, ਕਿ ਇੱਥੇ ਸਾਡੀ ਜਿਹੜੀ ਹੈ ਚੌਂਕੀ ਤੈਨਾਤ ਕੀਤੀ ਜਾਵੇ, ਸਾਨੂੰ ਸਿਕਿਉਰਿਟੀ ਦਿੱਤੀ ਜਾਵੇ, ਅਤੇ ਉਹਨਾਂ ਨੇ ਇੱਥੇ PCR ਪੋਸਟ ਖੋਲ੍ਹਤੀ ਸੀ, 4 ਸਾਲ ਹੋ ਗਏ ਜੀ ਚੱਲਦੀ ਪਈ ਸੀ, ਅਤੇ ਹੁਣ 8 ਮਹੀਨੇ ਤੋਂ CM ਸਾਹਿਬ ਵੱਲੋਂ ਨੋਟੀਫਿਕੇਸ਼ਨ ਆ ਕੇ ਬਕਾਇਦਾ ਇਹ ਚੌਂਕੀ ਪੱਕੀ ਕਰ ਦਿੱਤੀ ਗਈ ਸੀ, ਅਤੇ ਚੰਗੀ ਭਲੀ ਚੌਂਕੀ ਚੱਲ ਰਹੀ ਸੀ, ਕੁਛ ਸ਼ਰਾਰਤੀ ਅਨਸਰਾਂ ਦੇ ਕਰਕੇ ਪਤਾ ਨਹੀਂ ਕਿਉਂ ਇੱਥੋਂ ਜਿਹੜੀ ਹੈ ਚੌਂਕੀ ਨੂੰ ਸ਼ਿਫਟ ਕਰ ਦਿੱਤਾ ਗਿਆ ਸਲੇਮ ਟਾਵਰੀ ਥਾਣੇ 'ਚ। ਇਸ ਟਾਈਮ ਕੋਡ ਆਫ ਕੰਡਕਟ ਲੱਗਾ ਹੋਇਆ, ਸਾਰੇ ਅਸਲੇ ਜ਼ਬਤ ਹੈ, ਸਿਕਿਉਰਿਟੀ ਸਗੋਂ ਵਧਾਉਣੀ ਚਾਹੀਦੀ ਹੈ, ਅਤੇ ਪ੍ਰਸ਼ਾਸਨ ਵੱਲੋਂ ਸਿਕਿਉਰਿਟੀ ਘਟਾ ਦਿੱਤੀ ਗਈ। ਸਾਨੂੰ ਇੰਨੀ ਕੁ ਜ਼ਿਆਦਾ ਦਿੱਕਤ ਆ ਰਹੀ ਹੈ, ਅਤੇ ਅਸੀਂ ਸਾਰੇ 5 ਪੰਚਾਇਤਾਂ ਵਾਲੇ ਬੰਦੇ ਰਲ ਕੇ ਸਾਰੇ ਮੰਗ ਪੱਤਰ ਜਿਹੜੀ ਹੈ 35,000 ਬੰਦਿਆਂ ਵੱਲੋਂ ਮੰਗ ਪੱਤਰ ਜਿਹੜਾ ਹੈ CP ਸਾਹਿਬ ਨੂੰ ਦੁਬਾਰਾ ਫਿਰ ਦੇ ਰਹੇ ਹਾਂ ਕਿ ਸਾਨੂੰ ਕਿਰਪਾ ਕਰਕੇ ਇੱਥੇ ਸਿਕਿਉਰਿਟੀ ਦਿੱਤੀ ਜਾਵੇ, ਚੌਂਕੀ ਇੱਥੇ ਹੀ ਬਹਾਲ ਕੀਤੀ ਜਾਵੇ, ਜਿਹੜੇ ਮੁਲਾਜ਼ਮ ਉੱਥੋਂ ਚਲੇ ਗਏ ਸੀ ਥਾਣੇ, ਅਤੇ ਚੌਂਕੀ ਇੱਥੇ ਵਾਪਸ ਸਾਨੂੰ ਦਿੱਤੇ ਜਾਣ, ਅਤੇ ਸਿਕਿਉਰਿਟੀ ਪ੍ਰੋਵਾਈਡ ਕੀ ਆ, ਹਟਾਈ ਕਿਉਂ ਗਈ ਚੌਂਕੀ? ਦੇਖੋ ਜੀ, ਇਹ ਸਾਨੂੰ ਨਹੀਂ ਪਤਾ ਕਿਉਂ ਹਟਾਈ ਗਈ, ਸਾਨੂੰ ਇਹ ਹੈ
ਕਿ ਜਿਸ ਦਿਨ ਇੱਥੇ ਸਵੇਰ ਨੂੰ ਆਉਂਦਾ ਹੈ ਅਖਬਾਰ ਦੇ ਵਿੱਚ ਕਿ ਜੀ ਹੀਰੋਇਨ ਫੜੀ ਗਈ, ਚਿੱਟਾ ਫੜਿਆ ਗਿਆ, ਹਾਰਡ ਕ੍ਰਿਮੀਨਲ ਫੜੇ ਗਏ, ਉਸ ਤੋਂ ਅਗਲੇ ਦਿਨ ਹੀ ਕੁਛ ਸ਼ਰਾਰਤੀ ਅਨਸਰਾਂ ਵੱਲੋਂ ਲਵਾ ਕੇ ਐਲਡੀਕੋ ਦੇ ਕੁਛ ਬੰਦੇ ਹੈਗੇ ਆ ਜਿਨ੍ਹਾਂ ਨੇ ਉੱਥੇ ਆਪਣਾ ਸੋਰਸ ਲਵਾ ਕੇ ਕੁਛ ਲਵਾ ਕੇ ਗਲਤ ਮਿਸਗਾਈਡ ਕਰਕੇ ਕੁਛ ਪੋਲੀਟੀਕਲ ਬੰਦਿਆਂ ਨੂੰ ਵੀ ਉਹਨਾਂ ਨੂੰ ਮਿਸਗਾਈਡ ਕਰਕੇ ਕਿ ਇੱਥੇ ਜੀ ਗੱਡੀਆਂ ਖੜਨਗੀਆਂ, ਉਹ ਖੜੀਆਂ, ਐਡਾ ਖੁੱਲ੍ਹਾ ਰਸਤਾ ਹੈ, ਤੁਸੀਂ ਦੇਖ ਰਹੇ ਹੋ ਐਡੀ ਵੱਡੀ ਜੀ ਟੀ ਰੋਡ ਹੈ, ਐਡਾ ਖੁੱਲ੍ਹਾ ਰਸਤਾ ਹੈ, ਅਤੇ ਸਾਨੂੰ ਸਿਕਿਉਰਿਟੀ ਤੋਂ ਵੱਧ ਕੇ ਸਾਨੂੰ ਹੋਰ ਕੀ ਚਾਹੀਦਾ ਜੀ? ਅਤੇ ਇਸ ਕਰਕੇ ਮਾਹੌਲ ਬਣਿਆ ਹੋਇਆ ਸਟੇਟ ਦੇ ਵਿੱਚ ਬਹੁਤ ਜ਼ਿਆਦਾ ਹੈਗਾ ਜੀ। ਆਹ 2 ਦਿਨ ਪਹਿਲਾਂ ਹੀ ਅੰਦਰ ਚੋਰੀ ਵੀ ਹੋ ਚੁੱਕੀ ਹੈ, ਇੱਥੇ ਨਸ਼ੇ ਵਾਲੇ ਬੜੇ ਤਰ੍ਹਾਂ ਦੇ ਅਨਸਰ ਦੇਖੇ ਵੀ ਗਏ ਆ, ਜਿਹੜਾ ਚੌਂਕੀ ਆਉਣ ਤੋਂ ਬਾਅਦ ਇੰਨਾ ਕੁ ਘੱਟ ਗਿਆ ਸੀ ਕ੍ਰਾਈਮ, ਅਸੀਂ ਸਾਰੇ ਸੁੱਖ ਦਾ ਸਾਹ ਲੈ ਰਹੇ ਸੀ, ਰਾਤ ਬਰਾਤੇ ਸਾਡੇ ਕੋਈ ਬਜ਼ੁਰਗ ਬੱਚੇ ਕੁੜੀਆਂ ਇੱਥੋਂ ਆਉਂਦੇ ਜਾਂਦੇ ਆ, ਉਹ ਸੁੱਖ ਦਾ ਸਾਹ ਲੈ ਰਹੇ ਸੀ। ਹੁਣ ਸਾਨੂੰ ਡਰ ਲੱਗਣਾ ਸ਼ੁਰੂ ਹੋ ਗਿਆ ਕਿ ਇੱਥੇ ਸਾਡੇ ਆਉਂਦੇ ਜਾਂਦੇ ਕੋਈ ਰਾਤ ਨੂੰ ਅਸੀਂ ਆਉਣਾ ਜਾਣਾ ਬੰਦ ਕਰਤਾ ਹੈ। ਵਪਾਰੀ ਬਹੁਤ ਜ਼ਿਆਦਾ ਜੀ, ਸਾਰੇ ਇੰਡਸਟਰੀ ਰਹਿੰਦੀ ਹੈ, ਆ ਨਾਲ ਸਾਡੇ ਓਕਟੇਵ ਖੁੱਲ੍ਹ ਰਿਹਾ ਜੀ, ਕੱਲ੍ਹ ਨੂੰ ਇੱਥੇ ਲੇਬਰ ਆਉਣੀ ਹੈ, 2000 ਬੰਦਾ ਆਉਣਾ ਹੈ, ਇੱਥੇ ਤਾਂ ਸਿਕਿਉਰਿਟੀ ਹੋਰ ਜ਼ਿਆਦਾ ਜ਼ਰੂਰੀ ਹੋ ਗਈ ਹੈ, ਉੱਥੇ ਕ੍ਰਿਮੀਨਲ ਹੋਊਗਾ, ਕ੍ਰਾਈਮ ਹੋਊਗੀ, ਲੁੱਟ ਖੋਹ ਵਧੂਗੀ, ਅਤੇ ਸਾਡੇ ਕਲੋਨੀ ਦੇ ਅੰਦਰ ਹੀ 60 ਤੋਂ ਵੱਧ ਚੋਰੀਆਂ ਹੋ ਚੁੱਕੀਆਂ ਹੋਈਆਂ, ਦਾਤਰੇ ਲੈ ਕੇ ਗਾਤਰੇ ਲੈ ਕੇ ਉੱਥੇ ਉਹਨਾਂ ਨੇ ਦਰਾਤਾਂ ਜੀਆਂ ਲੈ ਕੇ ਚਾਕੂ ਲੈ ਕੇ ਇੱਥੇ ਹਮਲੇ ਹੋਏ ਆ, ਕਈ ਵਾਰ ਸਾਡੇ ਕਲੋਨੀ ਦੇ ਅੰਦਰ ਹੀ ਮੰਜੇ ਨਾਲ ਬੰਨ ਕੇ ਕਿਸੇ ਨੂੰ 2 ਵਾਰ ਚੋਰੀਆਂ ਕਰਕੇ ਲੈ ਗਏ। ਤੁਹਾਨੂੰ ਖਤਰਾ ਹੈ? ਸਾਨੂੰ ਬਹੁਤ ਜ਼ਿਆਦਾ ਖਤਰਾ ਜੀ, ਅਸੀਂ ਰਿਕੁਐਸਟ ਕਰਦੇ ਹਾਂ ਸਾਡੀ CP ਸਾਹਿਬ ਨਾਲ, ਸਾਡੇ ਪ੍ਰਸ਼ਾਸਨ ਨਾਲ ਇਹੀ ਮੰਗ ਹੈ ਕਿ ਮਾਣਯੋਗ CM ਸਾਹਿਬ ਵੱਲੋਂ ਜਿਹੜੀ ਨੋਟੀਫਾਈਡ ਹੋ ਚੁੱਕੀ ਚੌਂਕੀ ਨੂੰ ਦੁਬਾਰਾ ਇੱਥੇ ਹੀ ਬਹਾਲ ਕੀਤਾ ਜਾਵੇ, ਇਸੇ ਜਗ੍ਹਾ 'ਤੇ ਚਲਾਇਆ ਜਾਵੇ, ਤਾਂ ਕਿ ਸਾਨੂੰ ਸੁੱਖ ਦਾ ਸਾਹ ਥੋੜ੍ਹਾ ਜਿਹਾ। ਮੇਰਾ ਨਾਮ ਜੀ ਰੇਸ਼ਮ ਜੀ। ਅੱਜ ਕਿਹੜੀ ਜਗ੍ਹਾ ਖੜੇ ਆਪਾਂ? ਅਸੀਂ ਜੀ ਐਲਡੀਕੋ 'ਚ ਖੜੀ। ਹਾਂਜੀ, ਮਾਮਲਾ ਤਾਂ ਕੀ ਹੋਇਆ? ਮਾਮਲਾ ਜੀ, ਇੱਥੇ ਚੌਂਕੀ ਹੈਗੀ ਸੀ, ਅਸੀਂ ਜੀ ਰਾਤ ਬਰਾਤੇ ਸਾਡੇ ਮੁੰਡੇ ਵੀ ਜਾਂਦੇ ਆ, ਅਸੀਂ ਆਪ ਵੀ ਕੰਮ ਕਰਕੇ ਜਾਂਦੇ ਹਾਂ, ਅਤੇ ਰਾਤ ਨੂੰ ਚੋਰੀਆਂ ਡਾਕੇ ਵੀ ਕਰਦੇ ਆ, ਅਗਲੇ ਮਾਰਕੋਟ ਕੁੱਟਦੇ ਆ ਲੈ ਕੇ। ਹੁਣ ਜੀ ਉਹ ਕਹਿੰਦੀ ਆ ਵੀ ਇੱਥੇ ਚੌਂਕੀ ਬਣਨੀ ਨਹੀਂ ਚਾਹੀਦੀ, ਉਹ ਜੀ 2 ਨੰਬਰ ਦਾ ਕੰਮ ਕਰਦੀ ਹੋਊਗੀ, ਜਿਹੜਾ ਉਹ ਚੌਂਕੀ ਕਹਿੰਦੀ ਵੀ ਅਸੀਂ ਬੰਦ ਕਰਾਉਣੀ, ਠੀਕ ਆ? ਹਾਂਜੀ ਹਾਂਜੀ, ਹਾਂਜੀ, ਅਸੀਂ ਇਸ ਗੱਲ ਤੋਂ ਵਿਰੋਧ, ਅਸੀਂ ਚੌਂਕੀ ਵੀ ਇੱਥੇ ਲਿਆਉਣੀ ਚਾਹੀਦੀ, ਸਾਡੇ ਜੀ ਪਿੰਡ ਦੇ ਸਾਰੇ ਮੁੰਡੇ ਵੀ ਸਾਡੇ ਬੰਦੇ ਵੀ ਸਾਰੇ ਜੀ ਚੌਂਕ ਮਰਦੇ ਆ ਨਸ਼ੇ ਦੇ ਨਾਲ। ਥੈਂਕ ਯੂ। ਕਦੇ ਵਿੱਚ ਅੜਿੱਕਾ ਲਾਉਂਦੀ ਹੈ ਤਾਂ ਉਹ ਹੁੰਦੇ ਹੀ ਇੱਦਾਂ, ਉਹਨਾਂ ਨੂੰ ਚਾਹੀਦਾ ਹੀ ਨਹੀਂ। ਜਦੋਂ ਉਹਨਾਂ ਨੇ ਪਹਿਲਾਂ ਪ੍ਰੋਟੈਕਟ ਕੀਤਾ ਸੀਗਾ ਉਹਦੇ ਵਿੱਚ ਕਦੇ ਇਹਨਾਂ ਨੇ ਕੋਈ ਦਖਲਦਰਜੀ ਨਹੀਂ ਕੀਤੀ। ਜੇ ਹੁਣ ਇਹ ਡਿਮਾਂਡ ਕਰਨ ਵਾਲੇ ਤਾਂ ਉਹਨਾਂ ਨੂੰ ਨਹੀਂ ਆਉਣਾ ਚਾਹੀਦਾ ਵਿੱਚ, ਇਹ ਤਾਂ ਗਲਤ ਹੈ। ਉਹਨਾਂ ਨੂੰ ਬੀਬੀਆਂ ਨੂੰ ਸਮਝਾਇਆ ਵੀ ਤੁਸੀਂ ਆਪਦਾ ਭਾਈ ਸਾਈਡ 'ਤੇ ਜਾਓ, ਜੇ ਤੁਹਾਨੂੰ ਕੋਈ ਹੈਗਾ ਤੁਸੀਂ ਆਪਣਾ ਅਲੱਗ ਤੋਂ। ਮੈਟਰ ਇਹ ਹੈ ਵੀ ਇੱਥੇ 2 ਧੜੇ ਬਣੇ ਹੋਏ ਨੇ ਜੀ, ਅੜੀਕੋ ਦੇ ਵਿੱਚ, ਉਹਦੇ 'ਚ ਹੈਗੇ ਕੁਛ ਇਹ ਕਹਿ ਰਹੇ ਨੇ ਵੀ ਸਾਨੂੰ ਇੱਥੇ ਚੌਂਕੀ ਚਾਹੀਦੀ ਨਹੀਂ, ਚੌਂਕੀ ਨਹੀਂ ਚਾਹੀਦੀ, ਉਹਦਾ ਇਹਨਾਂ ਕੋਲ ਇੱਕੋ ਹੀ ਹੈਗਾ ਵੀ ਇੱਥੇ ਰਸਤੇ ਦੇ ਵਿੱਚ ਗੱਡੀਆਂ ਵਗੈਰਾ ਖੜ੍ਹਦੀਆਂ ਨੇ, ਤਾਂ ਉਹਦੀ ਸਾਨੂੰ ਦਿੱਕਤ ਆਉਂਦੀ ਹੈ, ਹੋਰ ਇਹਨਾਂ ਕੋਲ ਕੋਈ ਉਹ ਨਹੀਂ ਹੈਗਾ। ਸਰ ਉਹ ਕਹਿੰਦੇ ਕ੍ਰਾਈਮ ਵੀ ਹੁੰਦੇ ਨੇ, ਚੌਂਕੀ ਜ਼ਰੂਰੀ ਚਾਹੀਦੀ ਹੈ ਇੱਥੇ? ਇਸ ਇਹ ਸਾਰੇ ਜਿਹੜੇ ਅੱਜ ਲੋਕ ਇਕੱਠੇ ਹੋਏ ਨੇ ਇਹਨਾਂ ਦਾ ਇਹ ਕਹਿਣਾ ਵੀ ਇੱਥੇ ਕ੍ਰਾਈਮ ਬਹੁਤ ਜ਼ਿਆਦਾ ਹੈ, ਇਹ ਤਾਂ ਹੈ ਹੀ ਹੈ ਕ੍ਰਾਈਮ, ਆਮ ਤੁਸੀਂ ਵੀ ਤਾਂ ਇਸੇ ਸਮਾਜ 'ਚ ਹੀ ਰਹਿੰਦੇ ਹੋ, ਤੁਸੀਂ ਇਸ ਏਰੀਏ 'ਚ ਰਹਿੰਦੇ ਹੋ, ਡਿਮਾਂਡ ਹੈਗੀ ਆ ਲੋਕਾਂ ਦੀ, ਜਿਹੜੀ ਇਹਨਾਂ ਦੀ ਡਿਮਾਂਡ ਸੀ, ਡਿਮਾਂਡ 'ਤੇ ਹੀ ਚੌਂਕੀ ਓਪਨ ਕੀਤੀ ਗਈ ਸੀ, ਇਹਨਾਂ ਦੀ ਡਿਮਾਂਡ ਸੀਗੀ 250-300 ਬੰਦੇ ਦੀ ਸਾਈਨਾਂ ਦੇ ਹੇਠ ਐਪਲੀਕੇਸ਼ਨ ਗਈ ਸੀ ਮਾਨਯੋਗ ਕਮਿਸ਼ਨਰ ਸਾਹਿਬ ਨੂੰ, ਤਾਂ ਉਹ ਕਮਿਸ਼ਨਰ ਸਾਹਿਬ ਨੇ ਅੱਗੇ ਮਾਨਯੋਗ CM ਸਾਹਿਬ ਨੂੰ, ਤਾਂ CM ਸਾਹਿਬ ਨੇ ਚੌਂਕੀ ਅਪਰੂਵਡ ਕੀਤੀ ਹੈ ਇੱਥੇ। ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ, ਸਾਡੇ ਤੋਂ ਡਰੋ ਨਾ, ਅਸੀਂ ਤੁਹਾਡੇ ਸਮਾਜ ਦੇ ਹਿੱਸਾ ਅਸੀਂ, ਜਿਹੜੇ ਨਸ਼ਾ ਨੁਸ਼ਾ ਵੇਚਦੇ ਆ ਉਹਨਾਂ 'ਚ ਡਰ ਦਾ ਮਾਹੌਲ ਹੋ ਸਕਦਾ ਕੋਈ ਇੱਦਾਂ ਦੇ, ਇਹ ਜ਼ਰੂਰੀ ਨਹੀਂ ਗਿਆ ਵੀ ਨਾ ਹੁਣ
ਹੋ ਵੀ ਸਕਦਾ ਹੈ, ਪਰ ਜੇ ਕੋਈ ਸਾਨੂੰ ਪਤਾ ਲੱਗੇਗਾ ਤਾਂ ਅਸੀਂ ਜ਼ਰੂਰ ਉਹਨਾਂ ਨੂੰ ਕਾਨੂੰਨ ਦੇ ਹਿਸਾਬ ਨਾਲ ਫਿਰ ਨੱਥ ਪਾਵਾਂਗੇ। ਹੁਣ ਜਿਹੜਾ ਮਾਹੌਲ ਗਰਮ ਸੀ, ਹਾਂ ਉਹ ਬੀਬੀਆਂ ਨੂੰ ਮੈਂ ਬੇਨਤੀ ਕੀਤੀ ਵੀ ਤੁਸੀਂ ਇਹਨਾਂ ਦੇ ਵਿੱਚ ਨਾ ਆਓ, ਅਗਰ ਤੁਸੀਂ ਤੁਹਾਨੂੰ ਨਹੀਂ ਸਹਿਮਤ ਹੈਗੇ ਤਾਂ ਤੁਸੀਂ ਨਾ ਆਓ ਵਿੱਚ, ਉਹ ਚਲੀਆਂ ਗਈਆਂ ਨੇ। ਠੀਕ ਹੈ।